पिंड पांचटा मायोपट्टी पिंड नरूर अते नसीराबाद विखे पंजाब सरकार वल्लों चलाई गई मुहिम आप दी सरकार आप दे द्वार तहत कैंप लगाए गए। इस संबंधी जानकारी दिंदे हुए हलका इंचार्ज आम आदमी पार्टी जोगिंदर सिंह मान ने दस्या कि सरकार वल्लों लोगों के दफ्तरी काम करके देण दे मंतव नाल आप दी सरकार आप दे द्वार मुहिम चलाई गई है ता जो लोगों नू सरकारी दफ्तर विच खज्जल खराब ना होना पवे ते उन्हां दे जरूरी काम उन्हां दे पिंड विच ही हो जाण। इस मौके ब्लाक प्रभारी हरविंदर सिंह खालसा ने दस्या कि लोगों की सहूलत लई आप दी सरकार आप दे द्वार मुहिम आरंभ की गई है जिस तहत पिंड पांचटा पिंड मायोपट्टी पिंड नरूर ते नसीराबाद विखे उपरोक्त कैंप लाए गए। उन्हां पिंड वासियों नू उपरोक्त कैंपां दा वध तो वध लाभ लैण दी अपील की। इस मौके ललित सकलानी चेयरपर्सन जिला योजना बोर्ड कपूरथला अशोक भाटिया फगवाड़ा ते ब्लाक प्रधान मनमोहन सिंह ब्लाक प्रभारी हरविंदर सिंह खालसा ते ब्लाक प्रभारी हरदीप सिंह लौंगिया सरपंच हरजीत सिंह परमार पांचटा महेंद्र सिंह प्रधान प्रबंधक कमेटी गुरद्वारा शहीदगंज पांचटा पिंड मायोपट्टी विखे सरपंच किरणदीप कौर हरवील सिंह मायोपट्टी प्रधान गुरद्वारा शहीद बाबा खेम सिंह मायोपट्टी नंबरदार दलजीत सिंह मायोपट्टी गुरजीत सिंह तो अनेक पिंड वासी हाजिर सन। ਇਹ ਕੈਂਪ ਚੱਲਣਗੇ ਸਾਰਾ ਸਾਰੇ ਡਿਪਾਰਟਮੈਂਟ ਜਿਹੜੇ ਆ ਐਗਜ਼ੀਕਿਊਟਿਵ ਦੇ ਪੁਲਿਸ ਦੇ ਬਗੈਰ ਰਜਿਸਟਰੇਸ਼ਨ ਨੂੰ ਛੱਡ ਕੇ ਸਾਰੇ ਇੱਥੇ ਆਏ ਡਾਕਟਰਸ ਸਾਰੇ ਇੱਥੇ ਆਏ ਨੇ ਕੋਈ ਡੇ ਸੀ ਉਸ ਨੂੰ ਰੈਫਰ ਕਰਨਾ ਸਿਰਫ ਇੱਥੇ ਮੈਡੀਕਲ ਫਰੀ ਕਰਨਾ ਉਹ ਸਾਰਾ ਗੌਰਮੈਂਟ ਦੀ ਸਕੀਮ ਹੈ ਕਿ ਸਿਵਲ ਹਸਪਿਟਲ ਦਵਾਈ ਜਿਹੜੀ ਸਾਰੀ ਫਰੀ ਮਿਲੇ ਫਿਰ ਐਜੂਕੇਸ਼ਨ ਦਾ ਸਿਸਟਮ ਹੈ ਫਿਰ ਉਹ ਜਿਹੜੇ ਸਾਡੇ ਮਾਨਕ ਕਲੀਅਰੈਂਸ ਸਕੁਆਇਰ ਹੈਗੇ ਹਨ ਸਾਰੇ ਪਾਰਟ ਨੇ ਗੌਰਮੈਂਟ ਦੇ ਕੰਮ ਪਾਰਦਰਸ਼ੀ ਫਿਰ ਵਿਦਆਊਟ ਐਨੀ ਗਰੁੱਪਿਜ਼ਮ ਬਹੁਤ ਐਡੀ ਪਾਰਟੀ ਸਾਰੇ ਲੋਕਾਂ ਨੂੰ ਇੱਕ ਵਿਸ਼ਵਾਸ ਲੈ ਕੇ ਕੀਤੇ ਜਾਂਦੇ ਨੇ ਇੱਥੇ ਸਾਰੇ ਹਾਜ਼ਰ ਨੇ ਮੇਰੇ ਪੁਲਿਸ ਵੀ ਹਾਜ਼ਰ ਨੇ ਪਰ ਸਾਰੇ ਨੂੰ ਜੀ ਆ ਕਹਿਣਾ ਪੈਂਦਾ। ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਵੱਲੋਂ ਅੱਜ ਪਿੰਡ ਮਾਈਓਪੱਟੀ ਵਿਖੇ 10 ਤੋਂ ਲੈ ਕੇ 1 ਵਜੇ ਤੱਕ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਜੋ ਕੱਲ੍ਹ ਦਾ ਸ਼ੁਰੂ ਹੈ ਅਤੇ ਅੱਜ 10 ਵਜੇ ਤੋਂ ਲੈ ਕੇ ਪਿੰਡ ਪਾਂਸਟਾ ਅਤੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਿੰਡ ਮਾਈਓਪੱਟੀ ਵੀ ਇਸ ਵੇਲੇ ਕੰਮ ਚੱਲ ਰਿਹਾ ਜਿੱਥੇ ਕਿ ਜਨਮ ਸਰਟੀਫਿਕੇਟ ਲੈ ਕੇ ਮੌਤ ਸਰਟੀਫਿਕੇਟ ਹੋ ਗਿਆ ਉਸ ਤੋਂ ਇਲਾਵਾ SCB ਸਰਟੀਫਿਕੇਟ ਹੋ ਗਿਆ ਮੈਰਿਜ ਸਰਟੀਫਿਕੇਟ ਹੋ ਗਿਆ ਜਿਹਨੇ ਲਗਭਗ 44 ਪ੍ਰਕਾਰ ਦੇ ਡਾਕੂਮੈਂਟ ਇੱਥੇ ਆਨਲਾਈਨ ਬਾਈ ਹੈਂਡ ਤਿਆਰ ਕੀਤੇ ਜਾ ਰਹੇ ਨੇ ਅਤੇ ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ 5 ਵਜੇ ਤਾਈਂ ਪਿੰਡ ਨਰੂੜ ਨਸੀਰਾਬਾਦ ਵਿਖੇ ਕੈਂਪ ਲੱਗ ਰਿਹਾ ਅਤੇ ਸੰਗਤਾਂ ਨੂੰ ਬੇਨਤੀ ਵੱਧ ਉੱਥੇ ਆ ਕੇ ਆਪਣਾ ਹੱਲ ਆਪਣਾ ਪ੍ਰੋਗਰਾਮ ਹੱਲ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।